ਚਲ ਇੱਕ ਮਿੰਟ ਯਾਰ, ਦੋ ਮਿੰਟ ਬਾਅਦ ਬੁਲਾ ਲਾਂਗੇ ਤੁਹਾਨੂੰ। ਓਕੇ ਓਕੇ ਸਰ, ਓਕੇ। ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ, ਤਾਂ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕੀ ਹੈ ਕੀ ਨਹੀਂ, ਪਰ ਪ੍ਰਸ਼ਾਸਨ ਵੱਲੋਂ ਇਹ ਮੈਟਰ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ, ਸਾਡੀ ਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਦੋਂ ਇਨਵੈਸਟੀਗੇਸ਼ਨ ਕੋਈ ਪੂਰੀ ਹੋ ਗਈ ਤੁਹਾਨੂੰ ਜ਼ਰੂਰ ਦੱਸਿਆ ਜਾਵੇਗਾ, ਤੁਹਾਨੂੰ A to Z ਦੱਸਿਆ ਜਾਵੇਗਾ। ਕੋਈ ਇਨਫੋਰਮੇਸ਼ਨ ਸੀਗੀ ਕਿ ਇੱਥੇ ਕੋਈ ਇਲੀਗਲ ਕੰਮ ਹੋ ਰਿਹਾ ਹੈ, ਅਸੀਂ ਵਿਜ਼ਿਟ ਕੀਤਾ ਇੱਥੇ ਅਤੇ ਸਾਰੇ ਫੈਕਟਸ ਵੈਰੀਫਾਈ ਕਰ ਰਹੇ ਹਾਂ, ਜੋ ਵੀ ਵੈਰੀਫਿਕੇਸ਼ਨ ਤੋਂ ਬਾਅਦ ਔਨ ਮੈਰਿਟ ਹੋਊਗਾ ਉਹ ਤੁਹਾਨੂੰ ਦੱਸਿਆ ਜਾਊਗਾ। ਇਹ ਥਾਣੇ ਥਾਣੇ 5 ਨੰਬਰ ਦੇ ਅਧੀਨ ਹੈਗੀ ਹੈ ਜੀ ਜਗ੍ਹਾ, ਇਹ ਕਹਿ ਹੀ ਰਹੇ ਹੈ ਕਿ ਨਸ਼ਾ ਛਡਾਊ ਕੇਂਦਰ ਹੈ, ਪਰ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਕਿ ਤੁਸੀਂ ਅਰੈਸਟ ਕੋਈ ਨਹੀਂ ਕੀਤਾ ਜੀ, 25 ਬੰਦੇ ਅਸੀਂ ਵੈਰੀਫਿਕੇਸ਼ਨ ਲਈ ਲੈ ਕੇ ਗਏ ਹਾਂ। ਨਹੀਂ ਜੀ, ਕੁਛ ਨਹੀਂ ਬਰਾਮਦ ਹੋਇਆ ਜੀ, ਬਰਾਮਦ ਕੁਛ ਨਹੀਂ ਹੋਇਆ ਜੀ। ਸਰ ਇੱਕ ਲੇਡੀ ਪੱਤਰਕਾਰ ਨਾਲ ਬਦਤਮੀਜ਼ੀ ਹੋਈ ਹੈ, ਉਹ ਵੀ ਤੁਸੀਂ ਸਾਨੂੰ ਸ਼ਿਕਾਇਤ ਕੀਤੀ ਹੈ, ਉਹ ਵੀ ਇਸ ਇਹ ਕੰਮ ਕਰਨ ਤੋਂ ਬਾਅਦ ਉਹ ਵੀ ਕਾਰਵਾਈ ਜ਼ਰੂਰ ਕਰਾਂ। ਸਰ 2 ਘੰਟੇ ਜਾਂ ਤੁਸੀਂ ਤਕਰੀਬਨ 1 ਡੇਢ ਘੰਟਾ ਦਿਨ ਮਿਲਾਇਆ ਹੈਗਾ, ਹਲੇ ਤੱਕ ਕੀ ਅੰਦਰ ਤੁਸੀਂ ਵੇਖਿਆ ਹੈਗਾ, ਕੀ ਐਕਚੁਅਲੀ ਸੀਗਾ, ਕੀ ਅੰਦਰ ਜਿਹੜਾ ਆਪਣੇ ਸਾਰੇ ਅੰਦਰ ਅੰਦਰ ਸੀਗੇ, ਕੋਈ ਬੱਚੇ ਸੀਗੇ, ਮੁੰਡੇ ਸੀਗੇ ਅੰਦਰ, ਤੇ ਉਹਨਾਂ ਨੂੰ ਅਸੀਂ
ਪੁੱਛ ਗਿੱਛ ਲਈ ਲੈ ਕੇ ਗਏ ਆ ਉੱਥੇ ਪੁੱਛਦੇ ਆ ਉਹਨਾਂ ਨੂੰ ਵੀ ਇਹ ਇੱਥੇ ਕਿਉਂ ਬੈਠੇ ਸੀਗੇ ਜਦੋਂ ਤੁਸੀਂ ਆਏ ਸੀ ਕੀ ਕਰ ਕੇ ਰਹੇ ਸੀ ਕੋਈ ਕੋਈ ਨਾ ਬੈਠੇ ਸੀਗੇ ਨਹੀਂ ਕੁਝ ਨਹੀਂ ਕਰ ਰਹੇ ਸੀ ਹਾਂਜੀ ਰਾਊਂਡ ਅਪ ਸਰ ਜਗ੍ਹਾ ਕਿੰਨੀ ਜਗ੍ਹਾ ਹੋਈ ਹੈ ਟੋਟਲ ਡਿਪਟੀ ਸਾਹਿਬ ਜਗ੍ਹਾ ਕਿੰਨੀ ਹੈ ਕੁਝ ਪਤਾ ਇਹ ਵੀ ਨਹੀਂ ਪਤਾ ਜੀ ਹਾਂ ਰਿਕਵਰੀ ਵੀ ਕੁਝ ਰਿਕਵਰੀ ਵਗੈਰਾ ਕੁਝ ਹੋਈ ਹੈ ਇਹ ਮੈਨੂੰ ਨਹੀਂ ਪਤਾ ਜੀ ਮੇਰੇ ਇਲਾਕੇ 'ਚ ਤਾਂ ਇੱਕੋ ਜਗ੍ਹਾ ਹੋਈ ਹੈ ਸਰ ਕੁਝ ਰਿਕਵਰੀ ਵੀ ਹੋਈ ਹੈ ਕਿ ਨਾਲ ਆਪਣੇ ਹਲ ਚੱਲ ਰਹੀ ਹੈ ਜੀ ਤਫਤੀਸ਼ ਫਿਰ ਦੱਸਾਂ ਕਿਸੇ ਤਰੀਕੇ ਦੇ ਕਿਸ ਤਰੀਕੇ ਨਹੀਂ ਕੋਈ ਸ਼ਰਾਬ ਨਹੀਂ ਜੀ ਸ਼ਰਾਬ ਕੋਈ ਨਹੀਂ ਫੜੀ ਕਿਸ ਤਰੀਕੇ ਦਾ ਸਮਾਨ ਆਪਣੇ ਰਿਕਵਰੀ ਹੋਈ ਕਿਸ ਤਰੀਕੇ ਦੀ ਰਿਕਵਰੀ ਹੋਈ ਕਿ ਸਮਾਨ ਨਹੀਂ ਜੀ ਨਹੀਂ ਫਿਰ ਹੁਣ ਤੱਕ ਨਹੀਂ ਹੋਈ ਰਿਕਵਰੀ ਸਰ ਕਿੰਨੇ ਬੰਦੇ ਰਾਊਂਡ ਅਪ ਕੀਤੇ ਜੀ ਰਾਊਂਡ ਅਪ ਇਹ ਰਾਊਂਡ ਅਪ ਦਾ ਕੀ ਮਤਲਬ ਰਾਊਂਡ ਅਪ ਨਹੀਂ ਕਿਹਾ ਪੁੱਛ ਗਿੱਛ ਹੋਰ ਦਾ ਇਨਵੈਸਟੀਗੇਸ਼ਨ ਨੇ ਵੀ ਲੈ ਹਾਂਜੀ ਧੰਨਵਾਦ ਥੈਂਕ ਯੂ ਥੈਂਕ ਯੂ ਅੰਦਰ ਤੋਂ ਸ਼ਾਰਟ ਕਰ ਵੀ ਬਾਹਰ ਬੈਠੇ ਇਟ ਇਸ ਕਲੀਅਰਡ ਬਾਹਰ ਕਲੀਅਰਡ ਸਾਨੂੰ ਕੰਮ ਕਰਨ ਦਿਓ ਪਲੀਜ਼ ਬਾਹਰ ਹੋ ਸਰ ਵੈਰੀਫਾਈਡ ਨਹੀਂ ਸਰ ਇਟ ਇਸ ਕਲੀਅਰਡ ਕੋਈ ਨਹੀਂ ਕਹਿ ਰਹੇ ਨੇ ਕਾਰਵਾਈ ਕਰਨਾ ਪਲੀਜ਼ ਕੰਮ ਕਰਨ ਦੋ ਦੇਖੋ ਪੁਸ਼ਨ ਜੀ ਤੁਸੀਂ ਕੰਮ ਕਰੋ ਤੁਸੀਂ ਆਪਣਾ ਕੰਮ ਕਰੋ ਬੇਨਤੀ ਹੈ ਇੱਥੇ ਵੈਰੀਫਿਕੇਸ਼ਨ ਕਰ ਰਹੇ ਹੈ ਜਿਹੜੇ ਬੰਦੇ ਬਾਹਰ ਚਲੇ ਗਏ ਉਹ ਕਿਹੜੇ ਸੀਗੇ ਵੈਰੀਫਿਕੇਸ਼ਨ ਕੀਤੇ ਹੋਏ ਸੀ ਨਾ ਉਹਨਾਂ ਬਾਰੇ ਦੱਸ ਦਿਓ ਜਿਹੜੇ ਗਏ 25 ਜਣੇ ਕਰ ਰਹੇ ਹੈ ਜੀ ਸਾਰੇ ਗੱਡੀਆਂ ਤੇ ਭਰ ਭਰ ਕੇ ਜਿਹੜੇ ਬੰਦੇ ਬਾਹਰ ਗਏ ਚਾਰ ਗੱਡੀਆਂ ਉਹਨਾਂ ਦੀ ਵੈਰੀਫਿਕੇਸ਼ਨ ਹੋਊਗੀ ਜਾ ਕੇ ਜੀ ਪ੍ਰੋਪਰ ਪਲੇਸ ਤੇ ਵੈਰੀਫਿਕੇਸ਼ਨ ਕਰਾਂਗੇ ਪਰ ਇਹ ਪਤਾ ਲੱਗਿਆ ਕਿ ਇਲੀਗਲ ਆ ਜਿਹੜਾ ਡੀਟੀਟੀ ਸੈਂਟਰ ਚੱਲ ਰਿਹਾ ਸੀਗਾ ਇੱਥੇ ਇਹਦੇ ਸਬੰਧ ਚ ਅਸੀਂ ਤਫਤੀਸ਼ ਕਰ ਰਹੇ ਹਾਂ ਤਕਰੀਬਨ ਹਾਲ 20-25 ਲੱਗਦਾ ਜੀ ਬਾਕੀ ਪ੍ਰੋਪਰ ਤੁਹਾਨੂੰ ਦੱਸ ਦਾਂਗੇ ਠਹਿਰ ਕੇ ਥੈਂਕ ਯੂ ਉਜਾਗਰ ਕਰਨ ਆਇਆ ਮਾਮਲੇ ਨੂੰ ਕਿ ਇੱਥੇ ਨਸ਼ਾ ਹੋ ਰਿਹਾ ਜਾਂ ਉਸ ਚੀਜ਼ ਨੂੰ ਰੋਕਿਆ ਤੋਂ ਗਿਆ ਜੀ ਕਾਫੀ ਇੱਥੇ ਬੰਦੇ ਵੀ ਰੌਣਕ ਕਿਤੇ ਮੂਲ ਨਜ਼ਰ ਆਉਂਦੇ ਗੱਡੀਆਂ ਦੇ ਨੰਬਰ ਲਓ ਸ਼ਾਰਟਸ ਕਰ ਲਾ ਪਈਆ ਕਿੱਥੇ ਜਦਿਨ ਉਹ ਤਾਂ ਕਿੱਥੇ ਹੈ ਯਾਰ ਸ਼ੋਰ ਦੇ